ਘਰ ਮੀਟਿੰਗ ਕਰ ਰਿਹਾ ਸੀ, ਮੈਨੂੰ ਅਚਾਨਕ ਹੀ ਫੋਨ ਆਇਆ ਬਸਤੀ ਗੁਜਰਾਂ ਰੋਡ ਦੇ ਉੱਤੋਂ, ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਨੇ ਆਪਣੀ ਦੁਕਾਨਾਂ ਦੇ ਉੱਤੇ ਆਪਣੇ ਘਰਾਂ ਦੀ ਗਲੀਆਂ ਦੇ ਵਿੱਚ ਪਾਰਟੀ ਦੇ ਬੈਨਰ ਪੋਸਟਰ ਲਗਾਏ ਹੋਏ ਆ। ਕੱਲ੍ਹ ਲਗਾਏ ਸੀ, ਉਹਨਾਂ ਬੈਨਰਾਂ ਦੇ ਉੱਤੇ ਜਿਹੜੀ ਪਰਮਿਸ਼ਨ ਅਸੀਂ ਲਈ ਹੋਈ ਹੈ ਉਹ ਲੱਗੀ ਪਈ ਹੈ। ਜਿਹੜਾ ਅਸੀਂ ਕੋਈ ਵੀ ਕੰਮ ਇਲੈਕਸ਼ਨ 'ਚ ਕਰ ਰਹੇ ਸੀ ਵਿਦਆਊਟ ਜਿਹੜੀ ਪਰਮਿਸ਼ਨ ਕੋਈ ਵੀ ਨਹੀਂ ਕਰ ਰਹੇ। ਹੈਰਾਨ ਹੋਇਆ ਕਿ ਜਿਹੜੀ ਸੁੱਤੀ ਹੋਈ ਸਰਕਾਰ 28 ਮਹੀਨਿਆਂ ਤੋਂ ਜਿਹੜੇ ਜਲੰਧਰ ਦਾ ਕੰਮ ਨਹੀਂ ਕਰ ਸਕੀ, ਸਾਰੀ ਕਾਰਪੋਰੇਸ਼ਨ ਇੱਕ ਇੱਕ ਅਫਸਰ ਇੱਕ ਇੱਕ ਮੁਲਾਜ਼ਮ ਤੰਤਰ ਮੰਤਰ ਜੰਤਰ ਇਹਨਾਂ ਜਿੰਨਾ ਵੀ ਇਹਨਾਂ ਦਾ ਸਰਕਾਰ ਦਾ ਹੈ ਸਾਰਾ ਦਾ ਸਾਰਾ ਜਿਹੜਾ ਉਹ ਬਬਰੀ ਚੌਂਕ ਦੇ ਵਿੱਚ ਜਿਹੜਾ ਜੋਨਲ ਆਫਿਸ ਹੈ ਉੱਥੇ ਬੈਠਾ ਹੈ। ਆਪਣੀਆਂ ਘਰਾਂ 'ਚ ਟੀਮਾਂ ਭੇਜ ਦਿੱਤੀਆਂ ਕਿ ਜਾ ਕੇ ਭਾਰਤੀ ਜਨਤਾ ਪਾਰਟੀ ਜਿਹੜੇ ਝੰਡੇ ਲੱਗੇ ਆ, ਜਿਹੜੇ ਪੋਸਟਰ ਲੱਗੇ ਆ, ਜਿਹੜੇ ਬੈਨਰ ਲੱਗੇ ਆ ਉਹ ਸਾਰੇ ਉਤਾਰ ਦਿਓ। ਇਸ ਕਰਕੇ ਜਿਹੜੇ ਪੋਸਟਰ ਔਰ ਬੈਨਰ ਜਿਹੜੀ ਮੈਂ ਪਰਮਿਸ਼ਨ ਲੈ ਕੇ ਲਾ ਰਿਹਾ ਆਪਣੇ ਕਾਰਿਆਕਰਤਾ ਦੇ ਘਰ 'ਚ ਲਗਾ ਰਿਹਾ, ਕਿਸੇ ਦੀ ਕੋਈ ਸਰਕਾਰੀ ਪ੍ਰੋਪਰਟੀ 'ਤੇ ਨਹੀਂ ਲਗਾ ਰਿਹਾ, ਠੀਕ ਹੈ। ਇਹਨਾਂ ਨੇ ਆਪਣੀ ਕਾਰਪੋਰੇਸ਼ਨ ਦੀ ਜਿਹੜੀ ਟੀਮ ਨੇ ਮੁੱਖ ਮੰਤਰੀ ਨੂੰ ਖੁਸ਼ ਕਰਨ ਦੇ ਲਈ ਜਿਹੜੇ ਬੈਨਰ ਪਾੜ ਕੇ ਮੇਰੀਆਂ ਫੋਟੋਆਂ ਮੇਰੇ ਬੈਨਰ ਪਾੜਨ ਦੀਆਂ ਚੰਡੀਗੜ੍ਹ ਭੇਜੀਆਂ ਕਿ ਸਾਨੂੰ ਜਿਹੜਾ CM ਦੇ ਦਫ਼ਤਰ ਵੱਲੋਂ ਥਾਪੀ ਦਿੱਤੀ ਜਾਏਗੀ ਕਿ ਅੱਜ ਇਹਨਾਂ ਦੀ ਜਿਹੜੀ ਨਲੈਕੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਅੱਜ ਲੋਕ ਨਹੀਂ ਪਸੰਦ ਕਰ ਰਹੇ, ਆਮ ਆਦਮੀ ਪਾਰਟੀ ਦਾ ਲੋਕ ਝੰਡਾ ਲਵਾਉਣਾ ਨਹੀਂ ਪਸੰਦ ਕਰ ਰਹੇ, ਅੱਜ ਆਮ ਆਦਮੀ ਪਾਰਟੀ ਦਾ ਲੋਕ ਵੋਟ ਆਪਣੇ ਕੋਠਿਆਂ 'ਤੇ ਨਹੀਂ ਲਵਾ ਰਹੇ, ਆਪਣੇ ਘਰਾਂ ਦੇ ਅੱਗੇ ਹੋਰਡਿੰਗ ਨਹੀਂ ਲਵਾ ਰਹੇ। ਇਹਨਾਂ ਦੀ ਜਿਹੜੀ ਬੋਹਲਾਹਟ ਸੀ ਅੱਜ ਉਹ ਸਰਕਾਰੀ ਤੰਤਰ ਜੰਤਰ ਯੂਜ਼ ਕਰਨ ਦੇ ਉੱਤਰ ਆਈ ਹੈ। ਅੱਜ ਸਰਕਾਰ ਆਪਣੀ ਤਾਕਤ ਦਾ ਇਸਤੇਮਾਲ ਕਰਨ ਲੱਗ ਗਈ ਹੈ। ਅੱਜ ਮੇਰੇ ਹੋਰਡਿੰਗ, ਮੇਰੇ ਬੈਨਰ, ਮੇਰੇ ਝੰਡੇ ਤੋੜ ਕੇ ਫਾੜ ਕੇ ਉਹਨੂੰ ਉਤਾਰਿਆ ਗਿਆ। ਮੈਂ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਕਿ ਕਾਰਪੋਰੇਸ਼ਨ ਦੇ ਅਫਸਰ ਜਿਹੜੇ ਮੇਰੇ ਝੰਡੇ ਤੋੜ ਰਹੇ ਸੀ, ਜਿਹੜੇ ਮੇਰੇ ਬੈਨਰ ਉਤਾਰ ਰਹੇ ਸੀ, ਇਮੀਡੀਏਟ ਮੈਂ ਕਮਿਸ਼ਨਰ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਸਰਕਾਰ ਦਾ ਕੀ ਦਬਾਅ ਹੈ, ਕਿ ਸਰਕਾਰ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਕੱਲੇ ਝੰਡੇ ਬੈਨਰ ਲੱਗਣਗੇ। ਉਹ ਕਹਿੰਦੇ ਕੀ ਮਤਲਬ, ਜਿੱਥੇ ਉਹ ਬੈਠੇ ਹੋਏ ਸੀ ਉਹ ਵੀ ਸਰਕਾਰੀ ਪ੍ਰੋਪਰਟੀ ਹੈ, ਜਿੱਥੇ ਕਾਰਪੋਰੇਸ਼ਨ ਦਾ ਤੰਤਰ ਮੰਤਰ ਜੰਤਰ ਇਕੱਠਾ ਕੀਤਾ ਪਿਆ ਸੀ ਸਾਰਾ, ਉਹ ਸਾਰੀ ਸਾਰੀ ਪ੍ਰੋਪਰਟੀ ਸਰਕਾਰੀ ਹੈ। ਉਸ ਪ੍ਰੋਪਰਟੀ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਹੋਰਡਿੰਗ ਲੱਗੇ। ਮੈਂ ਜਾ ਕੇ ਪੁੱਛਿਆ ਕਮਿਸ਼ਨਰ ਸਾਹਿਬ ਤੁਹਾਡੇ ਦਫ਼ਤਰ ਦੇ ਬਾਹਰ ਵੀ ਆਮ ਆਦਮੀ ਪਾਰਟੀ ਦੇ ਹੋਰਡਿੰਗ ਲੱਗੇ ਆ ਜਿਹੜੇ ਸਰਕਾਰੀ ਪ੍ਰੋਪਰਟੀ ਦੇ ਉੱਤੇ ਆ, ਤੁਹਾਨੂੰ ਦਿਖਾਈ ਨਹੀਂ ਦਿੰਦੇ, ਤੁਹਾਨੂੰ ਉਹ ਲੱਭ ਨਹੀਂ ਰਹੇ? ਤੁਹਾਨੂੰ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕਾਂ ਨੇ ਇਸ ਦੇਸ਼ ਦੇ ਵਿੱਚ ਤੀਜੀ ਵਾਰ ਨਰਿੰਦਰ ਮੋਦੀ ਨੂੰ ਮੌਕਾ ਦਿੱਤਾ, ਉਹਨਾਂ ਦੇ ਕਾਰਿਆਕਰਤਾ ਘਰ ਘਰ ਬੈਠੇ ਆ, ਅਗਰ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਨੂੰ ਮੌਕਾ ਦੇ ਰਹੇ ਆ, ਮੈਨੂੰ ਆਸ਼ੀਰਵਾਦ ਦੇ ਰਹੇ ਆ ਕਿ ਗੱਲ ਪਾਰਟੀ ਨੂੰ ਅਤੇ ਆਮ ਆਦਮੀ ਪਾਰਟੀ ਇਸ ਤੋਂ ਬਹਲਾਹਟ ਦੇ ਵਿੱਚ ਇਹ ਕੰਮ ਕਰਾ ਰਹੀ ਹੈ, ਉੱਥੋਂ ਕਲੀਅਰ ਉਹਨਾਂ ਦੇ ਚਿਹਰੇ ਤੋਂ ਪਤਾ ਲੱਗਿਆ ਕਿ ਸਰਕਾਰ ਦਾ ਦਬਾਅ ਹੈ ਉਹਨਾਂ ਦੇ ਉੱਤੇ,
ਸਰਕਾਰ ਦਾ ਪ੍ਰੈਸ਼ਰ ਹੈ, ਉਹਨਾਂ ਨੂੰ ਜਦੋਂ ਗੱਡੀ 'ਚ ਬਹਿ ਕੇ ਉਹ ਗਏ ਆ ਉਹਨਾਂ ਨੂੰ ਸਾਹਮਣੇ ਬੋਰਡ ਨਹੀਂ ਲੱਭੇ ਜਿਹੜੇ ਸਰਕਾਰੀ ਮਸ਼ੀਨਰੀ ਦੇ ਉੱਤੇ ਲੱਗੇ ਆ, ਉਹਨਾਂ ਨੂੰ ਮੇਰੇ ਪੋਸਟਰ, ਮੇਰੇ ਝੰਡੇ, ਮੇਰੇ ਬੈਨਰ ਜਿਹੜੇ ਮੇਰੇ ਕਾਰਜਕਰਤਾ ਦੇ ਘਰਾਂ 'ਚ ਲੱਗੇ ਆ ਉਹ ਤੰਗ ਕਰ ਰਹੇ, ਉਹ ਤੰਗ ਕਰ ਰਹੇ ਆ ਉਹ। ਇਹ ਅੱਜ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਮੇਰੇ ਪੋਸਟਰ ਪਾੜਦੇ ਹੋ, ਮੇਰੇ ਝੰਡੇ ਪਾੜ ਤੋੜਦੇ ਹੋ, ਮੇਰੇ ਬੈਨਰ ਲਾਦੇ ਹੋ, ਪਰ ਤੁਸੀਂ ਲੋਕਾਂ ਦੇ ਦਿਲਾਂ 'ਚੋਂ ਨਹੀਂ ਮੈਨੂੰ ਕੱਢ ਸਕਦੇ। ਜਿਹੜੇ ਲੋਕ ਮੈਨੂੰ ਪਿਆਰ ਕਰਦੇ ਆ, ਮੈਂ ਉਹਨਾਂ ਦੇ ਦਿਲਾਂ ਦੇ ਵਿੱਚ ਰਹਿੰਦਾ, ਉਹ ਮੇਰਾ ਪਰਿਵਾਰ ਹੈ, ਮੇਰੇ ਮਾਂ ਹੈ, ਮੇਰੀ ਪਿਓ ਹੈ, ਮੇਰਾ ਭਰਾ ਹੈ, ਉਹ ਮੇਰੇ ਦੁੱਖ ਸੁੱਖ ਦੇ ਸਾਥੀ ਹੈ, ਉਹ ਮੈਨੂੰ ਪਿਆਰ ਕਰਦੇ ਆ। ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਜਿੰਨੇ ਮਰਜ਼ੀ ਬਾਹਰਲੇ MLA ਲੈ ਕੇ ਬਿਠਾ ਦਿਓ, ਜਿੰਨੇ ਮਰਜ਼ੀ ਪੰਜਾਬ 'ਚ ਗੁੰਡੇ ਬੁਲਾ ਲਓ, ਜਿੰਨੇ ਮਰਜ਼ੀ ਬਦਮਾਸ਼ ਬੁਲਾ ਲਓ, ਜਿਹਨਾਂ ਨੂੰ ਤੁਸੀਂ ਅੱਜ ਕਮਾਨ ਦੇ ਰਹੇ ਹੋ, ਉਹ ਮੇਰੇ ਕਾਰਜਕਰਤਾ ਦਾ ਕੁਛ ਵੀ ਨਹੀਂ ਵਿਗਾੜ ਸਕਦੇ, ਕਿਉਂਕਿ ਮੇਰੇ ਕਾਰਜਕਰਤਾ ਪਾਰਟੀ ਦੇ ਨਾਲ ਵਚਨਬੰਧ ਹੈ, ਮੇਰੇ ਕਾਰਜਕਰਤਾ ਮੇਰੇ ਨਾਲ ਵਚਨਬੰਧ ਹੈ। ਮੈਨੂੰ ਉਹਨਾਂ ਨੇ ਆਪਣਾ ਪੁੱਤਰ ਭਤੀਜਾ ਸਮਝ ਕਰ ਇਸ ਸੇਵਾ ਦੇ ਲਈ ਉਤਾਰਿਆ, ਇਹ ਸੇਵਾ ਮੈਂ ਕਰਦਾ ਰਹਾਂਗਾ, ਭਾਵੇਂ ਮੇਰਾ ਕੋਈ ਨਿੱਜੀ ਨੁਕਸਾਨ ਕਰਨਾ ਕਰ ਦੇਣ। ਮੇਰਾ ਨਿੱਜੀ ਨੁਕਸਾਨ ਕਰਨ ਦੇ ਲਈ ਉਹਨਾਂ ਦੇ ਪੂਰੇ ਪਲਾਨ ਬਣੇ ਆ, ਮੈਂ ਤਾਂ ਵੀ ਘਬਰਾਉਣ ਵਾਲਾ ਨਹੀਂ। ਮੈਂ ਸਾਰਾ ਮੈਟਰ ਪਾਰਟੀ ਦੇ ਧਿਆਨ 'ਚ ਲਿਆ ਕੇ ਦਿੱਤਾ, ਪਾਰਟੀ ਨੂੰ ਇਸ ਚੀਜ਼ ਦੀ ਮੈਂ ਵੀਡੀਓ, ਇਸ ਚੀਜ਼ ਦੀਆਂ ਫੋਟੋ ਸਾਰੀਆਂ ਭੇਜ ਦਿੱਤੀਆਂ। ਪਾਰਟੀ ਇਮੀਜੀਏਟ ਜਿਹੜਾ ਐਕਸ਼ਨ ਹੈ, ਪਾਰਟੀ ਨੇ ਕੋਰ ਗਰੁੱਪ ਦੀ ਜਿਹੜੀ ਮੀਟਿੰਗ ਬੁਲਾ ਲਈ ਹੈ, ਜਿਹੜਾ ਇਮੀਜੀਏਟ ਤੁਹਾਡੇ ਵਿੱਚ ਜਿਹੜਾ ਪ੍ਰੈਸ ਦੇ ਮਾਧਿਅਮ ਨਾਲ ਮੈਸੇਜ ਆ ਜਾਏਗਾ, ਪਾਰਟੀ ਜਿਹੜਾ ਐਕਸ਼ਨ ਹੈ ਉਹ ਵੱਡੇ ਪੱਧਰ ਤੇ ਲੈਣ ਜਾ ਰਹੀ ਹੈ। ਸ਼ੀਤਲ ਜੀ, ਜਿੱਦਾਂ ਤੁਸੀਂ ਦੱਸਿਆ ਮੇਰੇ ਨੂੰ ਜਿਹੜੇ ਪਿਆਰ ਕਰਦੇ, ਮੈਂ ਉਹਨਾਂ ਦੇ ਘਰਾਂ ਦੇ ਬਾਹਰ ਆਪਣੇ ਪੋਸਟਰ ਜਾਂ ਝੰਡੇ ਲਗਾਏ ਹੋਏ ਆ, ਮਗਰ ਜੇ ਦੇਖਿਆ ਜਾਵੇ ਬਬਰੀਕ ਚੌਂਕ ਦੇ ਉੱਤੇ ਜਿਹੜੇ ਚੌਂਕ ਹੈ ਸਰਕਾਰੀ, ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਪੋਸਟਰ ਸਭ ਕੁਝ ਲੱਗੇ ਹੋਏ ਆ, ਉਹਦੇ ਉੱਤੇ ਕੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਇਹਦੀ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕੋਈ ਸ਼ਿਕਾਇਤ ਦਿਓਗੇ? ਬਿਲਕੁਲ, ਕਮਿਸ਼ਨ ਦੇਣ ਜਾ ਰਹੇ, ਸ਼ਿਕਾਇਤ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਦੇਣ ਜਾ ਰਹੇ ਹਾਂ, ਇਸ ਕਰਕੇ ਮੈਂ ਪਾਰਟੀ ਦੇ ਧਿਆਨ 'ਚ ਲੈ ਕੇ ਆਇਆ। ਪਾਰਟੀ ਨੇ ਇਮੀਜੀਏਟ ਕੋਰ ਗਰੁੱਪ ਦੀ ਮੀਟਿੰਗ ਬੁਲਾ ਲਈ ਹੈ, ਪਾਰਟੀ ਇਹਦੇ ਉੱਤੇ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਕਿ ਕਿਸੇ ਵੀ ਕਾਰਜਕਰਤਾ ਨੂੰ ਕੋਈ ਡਰਾਉਣ ਦੀ ਕੋਸ਼ਿਸ਼ ਕਰੇਗਾ, ਕੋਈ ਧਮਕਾਉਣ ਦੀ ਕੋਸ਼ਿਸ਼ ਕਰੇਗਾ, ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਜਿਹੜਾ ਸਟੈਂਡ ਹੈ, ਕੋਈ ਡਰਨ ਵਾਲਾ ਨਹੀਂ, ਕੋਈ ਘਬਰਾਉਣ ਵਾਲਾ ਨਹੀਂ। ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹ ਨਿਸ਼ਚਿਤ ਹੋ ਚੁੱਕੀ ਹੈ। ਇੱਥੋਂ ਪਤਾ ਲੱਗਿਆ ਜਦੋਂ ਉਹ ਝੰਡੇ ਉਤਾਰਨ 'ਤੇ ਆ ਗਈ ਹੈ, ਬੈਨਰ ਪੜਨ 'ਤੇ ਆ ਗਈ ਹੈ, ਇੱਥੋਂ ਪਤਾ ਲੱਗਦਾ ਕਿ ਉਹਨਾਂ ਦੀ ਜਿਹੜੀ ਹਾਰ ਹੈ ਉਹ ਨਿਸ਼ਚਿਤ ਹੈ। ਅੱਜ ਉਹਨਾਂ ਨੂੰ ਆਪਣੀ ਹਾਰ ਜਿਹੜੀ ਪਚ ਨਹੀਂ ਰਹੀ, ਉਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਹ ਲੋਕਾਂ ਨੇ ਨਕਾਰਿਆ ਹੋਇਆ, ਲੋਕ ਪਸੰਦ ਨਹੀਂ ਕਰਦੇ, ਅੱਜ ਜ਼ਬਰਦਸਤੀ ਲੋਕਾਂ ਉੱਤੇ ਥੋਪਿਆ ਜਾ ਰਿਹਾ ਕਿ ਵੋਟ ਝਾੜੂ ਨੂੰ ਪਾਉਣ ਦੀ ਕੋਸ਼ਿਸ਼ ਕਰੋ, ਝਾੜੂ ਨੂੰ ਪਾਉਣ ਦੀ ਕੋਸ਼ਿਸ਼ ਕਰੋ। ਜਦੋਂ ਲੋਕ ਪੁੱਛਦੇ ਆ ਕਿ ਤੁਸੀਂ ਕੰਮ ਕੀ ਕੀਤਾ, ਉਹ ਜਵਾਬ ਨਹੀਂ ਹੈ। ਲੋਕ ਪੁੱਛਦੇ ਤੁਸੀਂ ਨੌਕਰੀਆਂ ਕਿਹਨੂੰ ਦਿੱਤੀਆਂ, ਉਹ ਜਵਾਬ ਨਹੀਂ ਹੈ। ਜਦੋਂ ਲੋਕ ਪੁੱਛਦੇ ਆ ਕਿ ਸਕੂਲ ਕਿੱਥੇ ਹੈ, ਉਹ ਜਵਾਬ ਨਹੀਂ ਹੈ। ਲੋਕ ਪੁੱਛਦੇ ਕਾਲਜ ਕਿੱਥੇ ਹੈ, ਉਹ ਜਵਾਬ ਨਹੀਂ ਹੈ। ਲੋਕ ਪੁੱਛਦੇ ਆ ਕਿ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਨੂੰ ਪੂਰਾ ਕਿਹਨੇ ਕੀਤਾ ਹੈ? ਜਦ ਉਹਨਾਂ ਚੀਜ਼ਾਂ ਦਾ ਇਹਨਾਂ ਕੋਲ ਕੋਈ ਵੀ ਜਵਾਬ ਨਹੀਂ ਹੈ, ਤੇ ਅੱਜ ਦੂਜੇ ਪਾਸੇ ਉੱਤਰ ਆਏ ਆਪਣੀ ਸਰਕਾਰੀ ਤਾਕਤ, ਸਰਕਾਰੀ ਜੰਤਰ ਮੰਤਰ ਤੰਤਰ ਲੈ ਕੇ ਅੱਜ ਅਫਸਰਾਂ ਨੂੰ ਦਬਾਅ ਬਣਾ ਦਿੱਤਾ ਗਿਆ ਕਿ ਨਵੇਂ ਟੂਬਲ ਜਿਹੜੇ ਮੇਰੇ ਸਮੇਂ ਦੇ ਵਿੱਚ ਜਿਹੜੇ ਮੈਂ ਉਦਘਾਟਨ ਕੀਤੇ ਸੀ, ਅੱਜ ਉਹਨਾਂ ਦੇ ਜਿਹੜੇ ਉਦਘਾਟਨ ਹੈ ਉਹ ਇਲੈਕਸ਼ਨ ਦੇ ਵਿੱਚ ਕੀਤੇ ਜਾ ਰਹੇ ਆ। ਆਖਿਰ ਸ਼ੀਤਲ ਅਮਰਾਲ ਹੈ ਕੀ ਹੈ ਪਾਰਟੀ ਨੂੰ, ਹੈ ਦੂਸਰੀ ਪਾਰਟੀ ਨੂੰ ਇੰਨਾ ਕਿਹੜਾ ਡਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਇੱਥੇ ਬਹਿ ਗਏ, ਸਾਰੀ ਲੀਡਰਸ਼ਿਪ ਪਹੁੰਚ ਗਈ ਔਰ ਹਰ ਇੱਕ ਬੂਥ ਦੇ ਉੱਤੇ ਵੱਡੇ ਅਧਿਕਾਰੀ ਜਾਂ ਚਾਹੇ MLA ਹੋ ਚਾਹੇ MP ਉਹ ਲਗਾ ਦਿੱਤੇ? ਅੱਜ ਉਹਨਾਂ ਨੂੰ ਆਪਣੀ ਹਾਰ ਲੱਭ ਰਹੀ ਹੈ ਕਿ ਮੈਂ ਇੱਕ ਛੋਟਾ ਜਿਹਾ ਕਾਰਜਕਰਤਾ, ਮੈਂ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਬੇਟਾ ਹਾਂ, ਆਪਣੇ ਲੋਕਾਂ ਦੀ ਸੇਵਾ ਕਰਦਾ, ਜਿਹੜੀ ਇਹ ਲੋਕ ਮੇਰੇ 'ਤੇ ਵਿਸ਼ਵਾਸ ਕਰਦੇ ਆ ਉਹਨਾਂ ਦੇ ਲਈ ਮੇਰਾ ਸਾਰੀ ਉਮਰ ਮੈਂ ਸੇਵਾ ਕਰਨੀ ਹੈ। ਮੈਨੂੰ ਲੋਕ ਕੁਰਸੀ ਦੇਣ ਕੁਰਸੀ ਨਾ ਦੇਣ, ਉਹ ਮੇਰਾ ਫਰਜ਼ ਹੈ, ਕਿਉਂਕਿ ਪੁੱਤਰ ਬਣ ਕੇ, ਭਤੀਜਾ ਬਣ ਕੇ, ਬੱਚਾ ਬਣ ਕੇ ਮੈਂ ਆਪਣੇ ਲੋਕਾਂ ਦੀ ਸੇਵਾ ਕਰਨੀ ਹੈ। ਪਰ ਇਹਨਾਂ ਨੂੰ ਅੱਜ ਪਤਾ ਲੱਗ ਗਿਆ ਕਿ ਸਾਡੀ ਜਿਹੜੀ ਹਾਰ ਹੈ
ਆਮ ਆਦਮੀ ਪਾਰਟੀ ਦੀ, ਖਾਸ ਕਰਕੇ ਉਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਹਨਾਂ ਦੀ ਸ਼ਾਇਦ ਜ਼ਮਾਨਤ ਜ਼ਬਤ ਹੋ ਰਹੀ ਹੈ। ਉਹਨਾਂ ਨੂੰ ਪਤਾ ਲੱਗ ਚੁੱਕਾ ਕਿ ਸਾਡੇ ਕੈਂਡੀਡੇਟ ਦੀ ਜਿਹੜੀ ਜ਼ਮਾਨਤ ਜ਼ਬਤ ਹੋ ਰਹੀ ਹੈ। ਆਪਣੀ ਇੱਜ਼ਤ ਬਚਾਉਣ ਦੇ ਲਈ ਆਪਣੇ ਆਪ ਨੂੰ ਸੋਚ ਰਹੇ ਹੈ ਕਿ ਆਪਾਂ ਸ਼ਾਇਦ ਲੋਕਾਂ ਨੂੰ ਡਰਾ ਕੇ ਵੋਟ ਲੈ ਲਾਂਗੇ, ਧਮਕਾ ਕੇ ਲੈ ਲਾਂਗੇ, ਲੋਕਾਂ ਕੋਲ ਝੰਡੇ ਲਾ ਕੇ ਲੈ ਲਾਂਗੇ, ਪੈਸਟ ਬੈਨਰ ਪੋਸਟਰ ਪਾੜ ਕੇ ਲੈ ਲਾਂਗੇ। ਇੱਦਾਂ ਵੋਟਾਂ ਨਹੀਂ ਮਿਲਦੀਆਂ ਭਗਵੰਤ ਮਾਨ ਜੀ, ਮੁੱਖ ਮੰਤਰੀ ਪੰਜਾਬ ਜੀ, ਇੱਦਾਂ ਵੋਟਾਂ ਨਹੀਂ ਮਿਲਦੀਆਂ। ਲੋਕਾਂ ਕੋਲ ਵੋਟਾਂ ਹੱਥ ਜੋੜ ਕੇ ਮਿਲਦੀਆਂ, ਲੋਕਾਂ ਕੋਲੋਂ ਵੋਟਾਂ ਮਿਲਦੀਆਂ ਕੰਮਾਂ ਦੇ ਉੱਤੇ, ਲੋਕਾਂ ਕੋਲ ਵੋਟਾਂ ਮਿਲਦੀਆਂ ਜੇ ਤੁਸੀਂ ਉਹਨਾਂ ਦਾ ਵਿਸ਼ਵਾਸ ਜਿੱਤਿਆ ਹੋਵੇ। ਪਰ ਲੋਕਾਂ ਨੂੰ ਡਰਾ ਕੇ ਧਮਕਾ ਕੇ ਬੈਨਰ ਪੋਸਟਰ ਪਾੜ ਕੇ ਤੁਸੀਂ ਵੋਟ ਨਹੀਂ ਲੈ ਸਕਦੇ। ਜਦੋਂ ਤੁਸੀਂ MLA ਸੀਗੇ, ਸੁਸ਼ੀਲ ਕੁਮਾਰ ਰਿੰਕੂ MP ਸੀਗੇ, ਉਹ ਕਹਿੰਦੇ ਜਿਹੜੇ ਬਸਤੀਆਂ ਦੇ ਵਿੱਚ ਕੰਮ ਹੋਣੇ ਚਾਹੀਦੇ, ਇਹਨਾਂ ਦੋਨਾਂ ਨੇ ਕੰਮ ਨਹੀਂ ਕਰਾਏ, ਹੁਣ ਉਹ ਆਪਣੇ ਨਵੇਂ 10 ਵਾਅਦੇ ਕਰਕੇ ਆ ਗਏ। ਕਹਿੰਦੇ ਅਗਰ ਸਾਨੂੰ ਮੌਕਾ ਮਿਲੇਗਾ ਇਹ ਸਭ ਤੋਂ ਪਹਿਲਾਂ 10 ਕੰਮ ਕਰਾਂਗੇ, ਚਾਹੇ ਉਹ ਬਿਜਲੀ ਦਾ ਜਿਹੜੀਆਂ ਤਾਰਾਂ ਉੱਚੀਆਂ ਕਰਾਵਾਂਗੇ, ਸੀਵ ਦਾ ਪਾਣੀ, ਸੀਵਰੇਜ ਸਾਫ਼ ਕਰਾਵਾਂਗੇ, ਪੀਣ ਵਾਲਾ ਪਾਣੀ ਸਾਫ਼ ਦੇਵਾਂਗੇ। ਕਿੱਡੀ ਨਲੈਕੀ ਹੈ ਸਰਕਾਰ ਦੀ, ਜਿਹੜੀ ਸਰਕਾਰ ਸੱਤਾ ਦੇ ਵਿੱਚ ਹੈ, ਜਿਹੜੀ ਕਹਿ ਕੇ ਆਈ ਸੀ 1 ਮਹੀਨੇ 'ਚ ਨਸ਼ਾ ਖਤਮ ਕਰ ਦਿਆਂਗੇ, 1 ਮਹੀਨੇ ਦੇ ਵਿੱਚ ਵਾਅਦੇ ਪੂਰੇ ਕਰ ਦਾਂਗੇ, ਉਹ ਸਰਕਾਰ ਆਪਣੀ ਸਰਕਾਰ 'ਚ ਵਾਅਦੇ ਲੈ ਕੇ ਆ ਰਹੀ ਹੈ। ਇੱਕ ਤਾਂ ਹੋਵੇ ਨਾ ਕਿ ਨਵੀਂ ਸਰਕਾਰ ਆਉਣੀ ਹੈ ਕਿ ਲੋਕ ਮੌਕਾ ਦੇਣ ਕਿ 10 ਤਰੀਕ ਮੇਰੀ ਵੋਟਿੰਗ ਪੈਣੀ ਹੈ, ਮੁੱਖ ਮੰਤਰੀ ਦੀ ਨਵੀਂ ਸਰਕਾਰ ਆ ਜਾਣੀ ਹੈ। ਉਹ ਇੰਨੇ ਨਲਾਇਕ ਜਿਹੜੇ ਮੰਤਰੀ ਬੈਠੇ ਸੀ, ਇੰਨੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਡੇ ਐਡੇ ਵੱਡੀਆਂ ਕੁਰਸੀਆਂ ਦੇ ਦਿੱਤੀਆਂ, ਉਹਨਾਂ ਨਲਾਇਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੀ ਆਪਣੀ ਸਰਕਾਰ ਹੈ, ਆਪਣੀ ਸਰਕਾਰ ਦੇ ਵਿੱਚ ਵਾਅਦੇ ਕਰ ਰਹੇ ਹੋ। ਅਗਰ ਤੁਸੀਂ ਇਹ ਵਾਅਦੇ, ਜਲੰਧਰ ਵੈਸਟ ਦੇ ਵਿੱਚ ਮੈਂ MLA ਸੀ, ਮੈਂ ਨਹੀਂ ਪੂਰੇ ਕਰ ਪਾਇਆ, ਤੁਹਾਨੂੰ ਲੱਗਦਾ ਕਿ ਮੇਰੀਆਂ ਗਲਤੀਆਂ ਜਿਹੜੀਆਂ ਤੁਸੀਂ ਨਾਲ ਦੇ ਹਲਕਿਆਂ 'ਚ ਕੀਤੀਆਂ, ਉਹਨਾਂ ਦੀਆਂ ਫੋਟੋਆਂ ਦੇ ਦਿਓ ਲੋਕਾਂ ਨੂੰ। ਕਿੰਨੇ ਕੰਮ, ਕਿੰਨੇ ਸਕੂਲ ਤੁਸੀਂ ਨੌਰਥ 'ਚ ਬਣਾਏ ਆ, ਕਿੰਨੇ ਸਕੂਲ ਤੁਸੀਂ ਸੈਂਟਰ 'ਚ ਬਣਾਏ ਆ, ਕਿੰਨੇ ਕਾਲਜ ਤੁਸੀਂ ਕੈਂਟ 'ਚ ਬਣਾਏ ਆ, ਉਹਦੀ ਲਿਸਟ ਲੈ ਕੇ ਆ ਜਾਓ। ਕਿੰਨੇ ਤੁਸੀਂ ਦੁਆਬੇ 'ਚ ਸਕੂਲ ਖੋਲ੍ਹੇ ਆ, ਉਹਦੀ ਲਿਸਟ ਲੈ ਕੇ ਆ ਜਾਓ। ਕਿੰਨੀ ਤੁਸੀਂ ਦੁਆਬੇ 'ਚ ਡਿਵੈਲਪਮੈਂਟ ਕੀਤੀ ਹੈ, ਉਹ ਲਿਸਟ ਲੋਕਾਂ ਕੋਲ ਲੈ ਕੇ ਜਾਓ। ਤੁਹਾਡੀ ਜ਼ੀਰੋ ਡਿਵੈਲਪਮੈਂਟ, ਜ਼ੀਰੋ ਲੋਕਾਂ ਨੂੰ ਤੁਸੀਂ ਆਪਣੇ 26 ਮਹੀਨਿਆਂ ਦਾ ਕੰਮ ਦਿੱਤਾ ਅਤੇ ਲੋਕ ਤੁਹਾਨੂੰ ਨਕਾਰ ਚੁੱਕੇ ਆ। ਇਸ ਕਰਕੇ 10 ਵਾਅਦੇ ਕਰੋ, 100 ਵਾਅਦੇ ਕਰੋ, ਲੋਕ ਤੁਹਾਨੂੰ ਨਹੀਂ ਦੁਬਾਰਾ ਝਾਸੇ ਜਾਣਗੇ। ਲੋਕ ਅੱਜ ਉਸ ਸਰਕਾਰ ਨੂੰ ਮੌਕਾ ਦੇਣਗੇ ਜਿਹਨੇ ਜੋ ਕਿਹਾ ਉਹ ਕਰਕੇ ਦਿਖਾਇਆ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਹਨੇ ਜੋ ਕਿਹਾ ਉਹ ਕੀਤਾ ਹੈ। ਅੱਜ ਉਹਨਾਂ ਨੇ ਕਰੋੜਾਂ ਅਰਬਾਂ ਰੁਪਇਆ ਜਲੰਧਰ ਨੂੰ ਭੇਜਿਆ ਸਮਾਰਟ ਸਿਟੀ ਦੇ ਮਾਧਿਅਮ ਨਾਲ। ਅੱਜ ਉੱਥੇ ਵੀ ਤੁਹਾਨੂੰ ਪਤਾ ਹੈ ਕਿੱਡਾ ਵੱਡਾ ਘੁਟਾਲਾ ਹੋਇਆ। ਜਿਹੜੀ ਕੈਟ ਦੀ ਰਿਪੋਰਟ ਹੈ, ਜਿਹੜੀ ਕੈਟ ਦੀ ਰਿਪੋਰਟ ਆਈ ਹੈ, ਉਹ ਕਿਹਨਾਂ ਦੇ ਖਿਲਾਫ਼ ਆਈ ਹੈ? ਉਸ ਟਾਈਮ ਕਾਂਗਰਸ ਦਾ ਮੇਅਰ ਸੀ, ਕਾਂਗਰਸ ਦੇ ਡਿਪਟੀ ਮੇਅਰ ਸੀ, ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਸੀ, ਅੱਜ ਜਿਹੜੇ ਕਾਂਗਰਸ ਦੇ ਕੈਂਡੀਡੇਟ ਹੈ। ਜਦੋਂ ਸਮਾਰਟ ਸਿਟੀ ਦਾ ਘੁਟਾਲਾ ਹੋਇਆ ਜਿਹੜੇ ਪੈਸਿਆਂ ਦਾ, ਅੱਜ ਉਹਨਾਂ ਨੂੰ ਮੰਨਣਾ ਪਏਗਾ। ਉਸ ਟਾਈਮ ਜਿਹੜੀ ਕਾਂਗਰਸ ਦੀ ਕੈਂਡੀਡੇਟ ਹੈ, ਮੇਰੀ ਸਤਿਕਾਰਯੋਗ ਮੇਰੀ ਮਾਂ ਹੈ ਉਹ, ਪਰ ਉਸ ਟਾਈਮ ਉਹ ਸੀਨੀਅਰ ਡਿਪਟੀ ਮੇਅਰ ਕੁਰਸੀ 'ਤੇ ਸੀ। ਅੱਜ ਉਹਨਾਂ ਨੂੰ ਕਮਿਟ ਕਰਨਾ ਪਏਗਾ ਉਹਨਾਂ ਦੇ ਸਮੇਂ ਜਿਹੜਾ ਘੁਟਾਲਾ ਹੋਇਆ ਸੀ ਕਿਹਨਾਂ ਨੇ ਕੀਤਾ। ਜਿਹੜੇ ਲਾਸਟ ਕੁਸ਼ਚਨ ਹੈ, ਜਦੋਂ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀ ਅਸੀਂ ਔਰਤਾਂ ਨੂੰ 1000 ਰੁਪਇਆ ਦੇਵਾਂਗੇ, ਮਗਰ ਹੁਣ ਐਲਾਨ ਕਰਤਾ 1100 ਰੁਪਇਆ ਦੇਵਾਂਗੇ। ਇਹ ਪਬਲਿਕ ਦੇ ਸਟੰਟ ਨਹੀਂ ਜਾਂਦੇ? ਪਬਲਿਕ ਨੂੰ ਉਹ ਬੇਵਕੂਫ ਬਣਾਉਣਾ ਚਾਹੁੰਦੇ ਆ, ਸੋਚਦੇ ਕਿ ਪਬਲਿਕ ਨੂੰ ਜੋ ਝੂਠ ਬੋਲਾਂਗੇ ਪਬਲਿਕ ਮੰਨ ਲਏਗੀ। ਅੱਜ ਉਹ ਜਿਹੜੇ ਪੈਸੇ ਆ, ਮੈਂ ਪੁੱਛਣਾ ਚਾਹੁੰਦਾ, ਕੋਰੀਆ 'ਚ ਆ ਰਹੇ ਆ, ਉਹ ਟ੍ਰੇਨ 'ਚ ਆ ਰਹੇ ਆ, ਉਹ ਜਹਾਜ਼ 'ਚ ਪੈਸੇ ਆ ਰਹੇ ਆ? ਜਿਹੜੀ ਮੇਰੀ ਮਾਂ ਨੂੰ 1000 ਦੇਣਾ ਸੀ, ਮੇਰੀ ਭੈਣ ਨੂੰ ਦੇਣਾ ਸੀ, ਉਹ ਪੈਸੇ ਕਿਹੜੀ ਕਿਹੜੀ ਸਕੀਮ 'ਚ ਆ ਰਹੇ ਆ? ਉਹ ਸਕੀਮ ਸਿਰਫ ਤੇ ਸਿਰਫ ਇਹਨਾਂ ਦੇ ਆਪਣੇ ਘਰ ਦੀ ਸਕੀਮ ਹੈ, ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਜਲੰਧਰ ਵੈਸਟ ਦੇ ਮੇਰਾ ਜਿਹੜਾ ਪਰਿਵਾਰ ਹੈ ਉਹ ਬੇਵਕੂਫ ਨਹੀਂ ਬਣੇਗਾ। ਉਹ ਮੈਂ ਜ਼ਰੂਰ ਇਸ ਗੱਲ ਦੀ ਗਰੰਟੀ ਦਿੰਦਾ ਆਪਣੇ ਲੋਕਾਂ ਨੂੰ, ਮੇਰੇ ਉੱਤੇ ਲੋਕ ਚੰਗਾ ਲੱਗੇਗਾ, ਮੈਨੂੰ ਵਿਸ਼ਵਾਸ ਮੌਕਾ ਦੇਣਗੇ। ਅਗਰ ਮੈਂ ਉਹਨਾਂ ਦੇ ਕੰਮ ਕਰਾਂਗਾ, ਉਹਨਾਂ ਨੂੰ ਪਤਾ ਕਿ ਇਹ ਸਾਡੇ ਲਈ ਖੜਾ ਹੋ ਸਕਦਾ, ਕਿ ਲੋਕ ਮੈਨੂੰ ਮੌਕਾ ਦੇਣਗੇ। ਮੇਰੇ ਮੁਕਾਬਲੇ ਹੋਰ ਕੈਂਡੀਡੇਟ ਵੀ ਹੈ, 20-21 ਲੋਕ ਇਲੈਕਸ਼ਨ ਲੜ ਰਹੇ ਆ, ਪਰ ਇੱਕ ਗੱਲ ਦੀ ਗਰੰਟੀ ਦੇ ਦੇਣਾ ਅੱਜ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ, ਇਹ ਮੈਂ ਆਪਣੇ ਲੋਕਾਂ ਨੂੰ ਕਹਿਣਾ ਜਾ ਰਿਹਾ।
ਆਪਣਾ ਮੇਰਾ ਜਿਹੜਾ ਪਰਿਵਾਰ ਜਿਹਾ ਵੈਸਟ ਹੈ। ਮਹਿੰਦਰ ਭਗਤ ਇਸ ਕੁਰਸੀ 'ਤੇ ਨਹੀਂ ਬਹਿ ਸਕਦਾ, ਕੋਈ ਹੋਰ ਲੋਕ ਜੇ ਮੇਰੇ ਤੋਂ ਵੀ ਲੋਕਾਂ ਦੇ ਦਿਲ 'ਚ ਹੋਏਗਾ ਕਿ ਮੈਂ ਨਹੀਂ ਸ਼ਾਇਦ ਕੰਮ ਕਰ ਸਕਦਾ, ਮੈਨੂੰ ਮੌਕਾ ਲੋਕ ਦੇਣਗੇ, ਲੋਕਾਂ ਨੇ ਤੈਅ ਕਰਨਾ। ਅਗਰ ਕਿਤੇ ਖੁਦਾ ਨਾ ਖਾਸਤਾ ਲੋਕ ਮੇਰੇ ਜਾਂ ਕਿਸੇ ਹੋਰ 'ਤੇ ਵਿਸ਼ਵਾਸ ਕਰਦੇ ਆ, ਉਹ ਲੋਕਾਂ ਨੇ ਤੈਅ ਕਰਨਾ। ਪਰ ਮਹਿੰਦਰ ਭਗਤ ਨੂੰ ਲੋਕ ਇਸ ਕੁਰਸੀ 'ਤੇ ਨਹੀਂ ਬਿਠਾਉਣਗੇ, ਕਿਸ ਕਰਕੇ ਕਿ ਲੋਕ ਆਮ ਆਦਮੀ ਪਾਰਟੀ ਨੂੰ ਨਕਾਰ ਚੁੱਕੇ। ਨੌਕਰੀਆਂ ਦੀ ਗੱਲ ਕੀਤੀ ਹੈ, ਹਜ਼ਾਰਾਂ ਤੇ ਨੌਕਰੀਆਂ ਗੱਲ ਕੀਤੀ ਹੈ ਗਿਣਤੀ ਦੇ, ਕਿ ਤੁਹਾਡੇ ਵਾਰਡ ਦੇ ਤੁਸੀਂ ਵਿਧਾਇਕ ਸੀ 28 ਮਹੀਨੇ ਰਹਿ ਗਏ, ਤੁਹਾਡੇ ਵਾਰਡ 'ਚ ਕੋਈ ਨੌਕਰੀ ਨਹੀਂ ਤੁਹਾਡੇ ਸੇ? ਉਹ ਲੋਕ ਕਹਿੰਦੇ ਆ ਕਿ ਸ਼ੀਤਲ ਅੰਗਰਾਲ ਨੇ ਕੰਮ ਨਹੀਂ ਕੀਤਾ, MLA ਸੀ, 43,000 ਨੌਕਰੀ ਪੂਰੇ ਪੰਜਾਬ ਨੂੰ ਦਿੱਤੀ ਹੈ, ਜੋ ਭਗਵੰਤ ਮਾਨ ਕਹਿੰਦੇ ਆ, ਮੈਂ ਨਹੀਂ ਕਹਿੰਦਾ, ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ, ਉਹ ਲੋਕਾਂ ਨੂੰ ਕਹਿੰਦੀ ਅਸੀਂ ਤੁਹਾਨੂੰ 43,000 ਨੌਕਰੀ ਦਿੱਤੀ ਹੈ। ਜੇ ਅਸੀਂ ਜਲੰਧਰ ਦੀ ਗੱਲ ਕਰੀਏ, ਜਲੰਧਰ ਲੋਕ ਸਭਾ 'ਚ 9 ਹਲਕੇ ਆ, ਅਗਰ ਜਲੰਧਰ ਵੈਸਟ ਦੇ ਵਿੱਚ ਮੇਰੀ ਕੋਈ ਕਮੀ ਸੀ, ਨੌਕਰੀ ਨਹੀਂ ਮਿਲ ਸਕੀ, ਭਗਵੰਤ ਮਾਨ ਜੀ ਨੂੰ ਮੈਂ ਕਹਾਂਗਾ ਕਿ ਅਗਲੀ ਵਾਰੀ ਜਲੰਧਰ ਜਦੋਂ ਉਹ ਆਉਣ, ਉਹ 8 ਹਲਕਿਆਂ ਦੀ ਲਿਸਟ ਨਾਲ ਲੈ ਕੇ ਆਉਣ ਕਿ ਜਿਹੜੀ 43,000 'ਚ ਨੌਕਰੀ ਹੈ, ਕਿ ਜਲੰਧਰ 'ਚ 2,000, 3,000, 4,000 ਕਿੰਨੇ ਬੱਚਿਆਂ ਨੂੰ ਨੌਕਰੀ ਦਿੱਤੀ ਹੈ, ਉਹਦੀ ਲਿਸਟ ਉਹਨਾਂ ਦੇ ਨਾਮ ਨਾਲ ਲੈ ਕੇ ਆਉਣ। ਅਗਰ ਉਹਨਾਂ ਨੇ ਨੌਕਰੀ ਦਿੱਤੀ ਹੋਏਗੀ, ਮੈਂ ਆਪਣੇ ਲੋਕਾਂ ਨੂੰ ਜ਼ਰੂਰ ਕਹਾਂਗਾ ਕਿ ਜਿਹੜੀ ਵੋਟ ਭਗਵੰਤ ਮਾਨ ਦੀ ਸਰਕਾਰ ਨੂੰ ਪਾ ਦਿਓ, ਅਗਰ ਨਹੀਂ ਦਿੱਤੀ ਇਹਨਾਂ ਲੋਕਾਂ ਨੂੰ ਆਪਣੀ ਗਲੀ 'ਚ ਨਾ ਵੜਨ ਦਈਓ। ਇਹ ਮੈਂ ਲੋਕਾਂ ਨੂੰ ਅਪੀਲ ਔਰ ਬੇਨਤੀ ਕਰਦਾ, ਤੁਸੀਂ ਬੰਦ ਨਹੀਂ ਕਰਾਓਗੇ, ਅਗਰ ਤੁਸੀਂ ਸਹੀ ਸੇਵਾਦਾਰ ਹੋ, ਲੋਕਾਂ ਨੇ ਤੁਹਾਨੂੰ MP ਬਣਾ ਕੇ ਭੇਜਿਆ, ਆਓ ਸੰਘਰਸ਼ ਕਰੀਏ, ਤੁਹਾਡਾ ਸਾਥ ਦੇਣ ਨੂੰ ਮੈਂ ਤਿਆਰ ਬੈਠਾ। ਪਰ ਇੱਕ ਵਿਸ਼ਵਾਸ ਤੱਕ ਲੋਕਾਂ ਨੂੰ ਜਿੱਤੋ, ਇਹ ਨਹੀਂ ਲੋਕਾਂ ਕੋਲ ਝੂਠ ਬੋਲ ਕੇ ਵੋਟ ਲੈ ਲਈ, ਸੰਵਿਧਾਨ ਦੇ ਨਾਂ ਦੀ ਵੋਟ ਲਈ ਤੁਸੀਂ, ਕਿ ਜਿਹੜੀ ਇਸ ਦੇਸ਼ 'ਚ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ, ਅਗਰ 400+ ਸੀਟਾਂ ਮਿਲ ਗਈਆਂ ਤੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਉਹ ਸੰਵਿਧਾਨ ਤੋੜ ਦੇਣਗੇ। ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਵੋਟ ਲਈ, ਪਰ ਅੱਜ ਲੋਕ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੇ ਆ। ਅੱਜ ਲੋਕ ਜਿਸ ਦਿਨ ਪ੍ਰਧਾਨ ਮੰਤਰੀ ਨੇ ਆਪਣੇ ਹਾਊਸ ਨੇਤਾ ਚੁਣਿਆ, ਉਹਨਾਂ ਨੇ ਉਸ ਦਿਨ ਦੇਖਿਆ ਲੋਕਾਂ ਨੇ ਕਿੱਦਾਂ ਸੰਵਿਧਾਨ ਨੂੰ ਮੱਥੇ ਲਾ ਕੇ ਉਹਨਾਂ ਨੇ ਆਸ਼ੀਰਵਾਦ ਲਿਆ ਕਿ ਅਗਰ ਇਹ ਸੰਵਿਧਾਨ ਨਾ ਹੁੰਦਾ ਦੇਸ਼ 'ਚ ਤੀਜੀ ਵਾਰ ਨਰਿੰਦਰ ਮੋਦੀ ਨਾ ਆਉਂਦਾ। ਇਸ ਕਰਕੇ ਉਹਨਾਂ ਨੂੰ ਚਿੰਤਾ ਹੈ ਸੰਵਿਧਾਨ ਦੀ ਵੀ, ਚਿੰਤਾ ਹੈ ਭਾਰਤ ਦੀ ਵੀ, ਚਿੰਤਾ ਆਪਣੇ ਦੇਸ਼ ਦੀ। ਜਿਹੜੇ ਇਹ ਲੋਕ ਅੱਜ ਨੋਟੰਗੀ ਗੱਲਾਂ ਕਰ ਰਹੇ ਆ, ਇਹ ਕਿਸੇ ਵੀ ਸਟੈਂਡ ਨਹੀਂ ਕਰ ਸਕਦੇ। ਹਲਕਾ ਵੈਸਟ ਦੇ ਲੋਕਾਂ ਨੇ ਜਿਹੜੀ ਦਲਿਤ ਧਰਨੇ ਲਾਏ, ਤੁਹਾਡੇ ਦੇ ਪਰਚਾ ਆਇਆ ਕਰ ਰਹੇ ਜਾਂ ਜਿਹੜੇ ਉਮੀਦਵਾਰ ਆ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਕੋਈ ਪਰਚਾ ਹੈ, ਉਹਨਾਂ ਦੀ ਕੋਈ ਗੱਲ ਕਰ ਰਹੇ ਨੇ ਲੋਕਾਂ ਦੇ ਚੱਲ ਰਹੀ ਧਰਨੇ ਲਾਏ? ਪਾਰਟੀਆਂ ਕਹਿ ਰਹੀਆਂ ਸ਼ੀਤ ਨੂੰ ਮਿਲਾ ਦੇ ਕਾਫੀ ਪਰਚੇ ਆ, ਜਿਨ੍ਹਾਂ ਦੇ ਵਿੱਚ 5 ਤਾਂ ਖਤਮ ਹੋ ਚੁੱਕੇ, 4 ਚੱਲ ਰਹੀ ਹੈ। ਮੈਂ ਜੁੜ ਕੇ ਬੇਨਤੀ ਕਰਦਾ ਕਿ ਜਿਹੜੇ ਮੇਰੇ ਤੇ ਮੁਕੱਦਮੇ ਹੈ, ਜਿਹੜੇ ਇਸ ਟਾਈਮ ਲੋਕ ਕਹਿ ਰਹੇ ਪਰਚੇ ਹੈ, ਸਭ ਤੋਂ ਉੱਤੇ ਮਹਿੰਦਰ ਭਗਤ ਜੀ ਦਾ ਨਾਮ ਉਹਨਾਂ ਪਰਚਿਆਂ ਦੇ ਵਿੱਚ। ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸੀ, ਜਿਹੜੇ ਮੇਰੇ ਤੇ 2 ਪਰਚੇ ਆ, ਉਹਨਾਂ ਦੇ ਵਿੱਚ ਇੱਕ ਪਰਚੇ 'ਚ ਮਹਿੰਦਰ ਭਗਤ ਜੀ ਦਾ ਨਾਮ ਹੈ, ਇੱਕ ਪਾਰਟੀ ਦੇ ਲੈਵਲ ਦੇ ਧਰਨੇ ਦਾ ਪਰਚਾ, ਇੱਕ ਮੇਰੇ ਤੇ 188 ਦਾ ਪਰਚਾ। ਇਹ ਤੁਸੀਂ ਦੇਖ ਲਓ ਕਿੱਡੇ ਕ੍ਰਿਮੀਨਲ ਪਰਚੇ ਆ, ਕਿੱਡੀਆਂ ਕੁ ਲੋਕਾਂ ਨਾਲ ਮੈਂ ਮਾੜੀ ਕੀਤੀ ਹੈ। ਅਗਰ ਪਾਰਟੀ ਦੇ ਲਈ ਸੇਵਾ ਕਰਦੇ ਵੇਲੇ, ਪਾਰਟੀ ਦੇ ਲਈ ਅਗਰ ਧਰਨੇ ਦੇ ਪਰਚੇ ਪੈਣ, ਇਦਾਂ ਦੇ ਹਜ਼ਾਰਾਂ ਪਰਚੇ ਪੈ ਜਾਣ, ਸ਼ੀਤਲ ਅੰਗਰਾਲ ਪ੍ਰਵਾਹ ਨਹੀਂ ਕਰਦਾ। CM ਸਾਹਿਬ ਚਾਹੇ ਖੁਦ ਹੋਣਾ ਇਹੀ ਕਹਿੰਦੇ ਕਿ ਜਿਹੜਾ ਪਹਿਲਾਂ ਉਮੀਦਵਾਰ ਸੀਗਾ ਸਾਨੂੰ ਉਹ ਦੇਖ ਧੋਖਾ ਦੇ ਗਿਆ, ਇਸ ਕਰਕੇ ਅਸੀਂ ਨਵਾਂ ਜਿਹੜਾ ਆਪਾਂ ਬੰਦੇ ਦੀ ਆਪਣੇ ਭਰੋਸੇ ਦਿੱਤਾ। ਤੁਸੀਂ CM ਸਾਹਿਬ ਨੂੰ ਕੋਈ ਜਿੰਨੇ ਤੁਸੀਂ ਕੰਮ ਕੀਤੇ ਆ ਨਾ, ਉਹ ਲੈ ਕੇ ਲੋਕਾਂ ਨੂੰ ਜਾਓ, ਅਗਰ ਲੋਕ ਚੰਗੇ ਹੋਣਗੇ ਵੋਟ ਉਹਨਾਂ ਨੂੰ ਦੇ ਦੇਣਗੇ, ਅਗਰ ਮੈਂ ਕੋਈ ਕੰਮ ਕੀਤਾ ਹੋਏਗਾ ਲੋਕ ਮੈਨੂੰ ਵੋਟ ਦੇ ਦੇਣਗੇ। ਅੱਜ ਦੀ ਡੇਟ 'ਚ ਲੋਕ ਉਹ ਕਹਿੰਦੇ ਕਿ ਕੈਂਡੀਡੇਟ ਪਾਰਟੀ ਛੱਡ ਕੇ ਬਦਲ ਗਏ ਆ, ਮੈਂ ਪੁੱਛਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਤੁਹਾਡਾ ਕੈਂਡੀਡੇਟ ਕਿੱਥੋਂ ਆਇਆ, ਤੁਹਾਡਾ ਕੈਂਡੀਡੇਟ ਕਿੱਥੋਂ ਆਇਆ? ਪਲਟੂ ਰਾਮ ਤੁਹਾਡਾ ਕੈਂਡੀਡੇਟ ਹੈ, ਮੈਂ ਤਾਂ ਪਰਿਵਾਰ 'ਚ ਵਾਪਸ ਆਇਆ, ਜਿਸ ਪਰਿਵਾਰ 'ਚੋਂ ਮੈਂ ਗਿਆ ਸੀ ਉੱਥੇ ਵਾਪਸ ਆਇਆ, ਤੁਹਾਡਾ ਕੈਂਡੀਡੇਟ ਉਹ ਹੈ ਜਿਹਨੂੰ 2 ਵਜੇ ਲੋਕ ਨਕਾਰ ਚੁੱਕੇ ਆ। ਅੱਜ ਜਿਹੜੀ ਲੜਾਈ ਹੈ ਸੱਚ ਔਰ ਝੂਠ ਦੀ ਹੈ।